ਉਹਦੀ ਜਿਹੜੀ ਸੈਂਕਟੀਟੀ ਉਹ ਇਰੋਡ ਕਰਦਾ, ਉਹਦੀ ਜਿਹੜੀ ਅਥਾਰਿਟੀ ਆ ਉਹਨੂੰ ਇਰੋਡ ਕਰਨ ਦੀ ਕੋਸ਼ਿਸ਼ ਕੀਤੀ ਗਈ ਥਰੂ ਬ੍ਰਹਮਨਿਕਲ ਸਿਸਟਮ। ਤਾਂ ਗੁਰੂ ਨੇ ਕੀ ਕੀਤਾ, ਬੜਾ ਜ਼ੋਰ ਲਾਇਆ ਵਿਚਾਰੇ ਨੇ ਹਰਗੋਬਿੰਦ ਸਾਹਿਬ ਨੇ, ਉਹ ਕਹਿੰਦਾ ਧੀਰ ਮੱਲ ਤੂੰ ਵੀ ਪੰਥ ਵਿੱਚੋਂ ਖਾਰਜ, ਤੇਰੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਪੰਥ 'ਚੋਂ ਕੱਢੀਆਂ। ਇਹ ਜਿਹੜੀ ਪੋਥੀ ਆ ਇਹ ਮਾਨਵਤਾ ਦਾ ਵਿਰਸਾ ਹੈ, ਇਹ ਤੇਰਾ ਤੇਰੀ ਜਾਇਦਾਦ ਨਹੀਂ ਹੈ, ਇਹ ਸਾਰੀ ਦੁਨੀਆ ਦਾ ਇੱਕ ਲਾਈਟ ਹਾਊਸ ਹੈ ਜਿਹੜਾ ਗੁਰੂ ਨੇ ਸਾਨੂੰ ਦਿੱਤਾ ਹੈ। ਤੂੰ ਇਹਨੂੰ ਕੱਛ ਵਿੱਚ ਲੈ ਕੇ ਬੈਠ ਗਿਆ, ਜਿਵੇਂ ਅੱਜ ਕੱਲ੍ਹ ਗ੍ਰੰਥੀ ਦੇ ਦੂਸਰੇ ਬੰਦੇ ਕਰਦੇ ਆ। ਤੋ ਇਹ ਇੱਕ ਬੜੀ ਸਾਖੀ ਜਿਹੜੀ ਆ ਐਕਚੁਅਲ ਫੈਕਚੁਅਲ ਸਟੇਟਮੈਂਟ ਹੈਗੀ ਆ ਜਿਹੜੀ। ਫਿਰ ਜੀ ਗੁਰੂ ਹਰਰਾਜ ਸਾਹਿਬ ਦੀ ਸੁਣ ਲਓ ਗੱਲ, ਗੁਰੂ ਹਰਰਾਜ ਸਾਹਿਬ ਦੇ ਖਿਲਾਫ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਸ਼ਿਕਾਇਤ ਹੁੰਦੀ। ਉਹ ਸ਼ਿਕਾਇਤ ਵਿੱਚ ਕਿਹਾ ਜਾਂਦਾ ਵੀ ਇੱਕ ਸ਼ਬਦ ਜਿਹੜਾ ਮੁਸਲਮਾਨਾਂ ਦੇ ਖਿਲਾਫ ਲਿਖ ਗਿਆ ਗਿਆ ਇਹਦੇ ਵਿੱਚ ਗ੍ਰੰਥ ਦੇ ਵਿੱਚ ਸਿੱਖਾਂ ਦੇ, ਇਹਨਾਂ ਨੂੰ ਬੁਲਾ ਕੇ ਪੁੱਛੋ ਔਰ ਜੇ ਉਹ ਐ ਹੈ ਤਾਂ ਇਹਨਾਂ ਦੀ ਛਿੱਲੋ ਦੇ ਪੰਜਾਬੀ ਚ ਤੁਹਾਨੂੰ ਕਹਿੰਦੇ। ਤਾਂ ਉਹਨਾਂ ਮਹਾਰਾਜ ਨੇ ਕਿਹਾ, ਹਰ ਗੁਰੂ ਸਾਹਿਬ ਨੇ ਜਿਹੜਾ ਉਹਨਾਂ ਦਾ ਵੱਡਾ ਲੜਕਾ ਸੀ ਰਾਮ ਰਾਏ ਬੜਾ ਕਾਬਲ ਆਦਮੀ ਸੀ ਉਹ, ਔਰ ਉਹਦੇ 'ਚ ਪੋਟੈਂਸ਼ਲ ਸੀ। ਗੁਰੂ ਸੋਚਦਾ ਸੀ ਵੀ ਮੈਂ ਇਹਨੂੰ ਆਪਣਾ ਅੱਗਿਓਂ ਪੈਰੋਕਾਰ ਬਣਾਊਂਗਾ, ਅੱਗੇ ਗੱਦੀ 'ਤੇ ਬਿਠਾਊਂਗਾ। ਉਹਨਾਂ ਨੇ ਸੋਚ ਸਮਝ ਕੇ ਜਦੋਂ ਆਇਆ ਮੈਸੰਜਰ ਔਰੰਗਜ਼ੇਬ ਦੇ ਦਰਬਾਰ ਤੋਂ ਉਹਨੂੰ ਭੇਜਤਾ ਵੀ ਜਾ ਚੜਿਆ ਜਾ ਉੱਥੇ ਜਾ ਕੇ ਦੇ ਆ ਐਕਸਪਲੇਨੇਸ਼ਨ। ਉਹ ਡਰ ਗਿਆ ਜਦੋਂ ਔਰਾ ਦੇਖਿਆ ਦਰਬਾਰ ਦਾ, ਉਹ ਘਬਰਾ ਗਿਆ ਵੀ ਜੇ ਮੈਂ ਸਹੀ ਗੱਲ ਕਰਤੀ ਮੇਰੀ ਗਰਦਨ ਨਹੀਂ ਹੈ, ਜੇ ਮੈਂ ਇਹਨੂੰ ਉਲਟਾ ਕੇ ਕਰ ਦਿਆਂ ਤਾਂ ਮੈਨੂੰ ਜਗੀਰ ਮਿਲ ਜੂ। ਉਹਨੇ ਡਰ ਕੇ ਉਸਦਾ ਸ਼ਬਦ ਦਾ ਮੁਸਲਮਾਨ ਦੀ ਜਗ੍ਹਾ ਬੇਈਮਾਨ ਪਾ ਦਿੱਤਾ। ਉਹ ਪਿੱਛੋਂ ਪਹੁੰਚਿਆ ਗੁਰੂ ਕੋਲ, ਮੈਸੇਜ ਪਹਿਲਾਂ ਪਹੁੰਚ ਗਿਆ, ਸਿੱਖਾਂ ਨੇ ਕਿਹਾ ਜੀ ਆਪ ਕੀ ਹੋ ਗਿਆ, ਜੇ ਇਲਹਾਮ ਹੈ ਇਫ ਇਟ ਇਜ਼ ਏ ਰੈਗੂਲੇਸ਼ਨ ਆਫ ਦੀ ਗੋਡ ਆਲ ਮਾਈਟੀ ਗੋਡ ਔਰ ਗੁਰੂ ਨੇ ਮੈਸੰਜਰ ਨੇ ਟਰਾਂਸਮਿਟ ਕੀਤਾ ਟੂ ਦਿਸ ਵਰਲਡ ਟੂ ਦਾ ਪੀਪਲ, ਦੇਰ ਇਜ਼ ਨੋ ਪੋਸੀਬਿਲਿਟੀ ਆਫ ਈਵਨ ਚੇਂਜਿੰਗ ਏ ਵਰਡ। ਫਿਰ ਗੁਰੂ ਦਾ ਇਮਤਿਹਾਨ ਆਇਆ, ਗੁਰੂਆਂ ਨੇ ਉਹ ਸ਼ਹਾਦਤਾਂ ਦਿੱਤੀਆਂ ਇਸ ਗ੍ਰੰਥ ਨੂੰ ਪ੍ਰਿਜ਼ਰਵ ਕਰਨ ਦੇ ਲਈ। ਤਾਂ ਗੁਰੂ ਨੇ ਹੁਕਮਨਾਮਾ ਜਾਰੀ ਕੀਤਾ ਵੀ ਰਾਮ ਰਾਏ ਆਪਣਾ ਉਹ ਬੱਚਾ, ਦੇਖੋ ਕਿੱਡੀ ਕਮਾਲ ਦੀ ਗੱਲ ਹੈ, ਕਹਿ ਦੇਣੀ ਸੌਖੀ ਗੱਲ ਆ, ਬੱਚੇ ਦੇ ਮਾੜਾ ਜਿਹਾ ਬਿਮਾਰ ਹੋ ਜਾਏ ਜਾਨ ਨਿਕਲ ਜਾਂਦੀ ਹੈ ਮਾਂ ਪਿਓ ਦੀ, ਉਹ ਕਹਿੰਦਾ ਵੀ ਇਹ ਰਾਮ ਰਾਏ ਰਾਮ ਰਾਏ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਪੰਥ 'ਚੋਂ ਖਾੜ ਜਾਣ। ਕਿੱਡੀ ਵੱਡੀ ਗੱਲ, ਕਿੱਡਾ ਵੱਡਾ ਮੈਸੇਜ ਹੈ, ਕਿੱਡਾ ਵੱਡਾ ਸੰਕਲਪ ਹੈ ਜਿਹੜਾ ਯੂਨੀਕ ਆ ਇਨ ਦੀ ਹਿਸਟਰੀ ਆਫ ਮੈਨਕਾਈਂਡ ਆਫ ਰਿਲੀਜਨ ਦੀ ਹਿਸਟਰੀ। ਅੱਗੇ ਜਾ ਕੇ ਹੁਣ ਮੈਂ ਤੁਹਾਨੂੰ ਕੀ ਦੱਸਾਂ, ਤੁਹਾਨੂੰ ਪਤਾ ਹੀ ਹੈ ਗੁਰੂ ਪੰਥ ਅਤੇ ਗੁਰੂ ਖਾਲਸਾ। ਪਰ ਖਾਲਸਾ ਜੀ ਜਿਹੜਾ ਗ੍ਰੰਥ ਹੈ ਉਹ ਸਾਡਾ ਗਾਈਡ ਹੈ, ਉਹ ਸਾਡਾ ਰਹਿਨਮਾ, ਉਹ ਸਾਡਾ ਲੀਡਰ ਹੈ। ਜੇ ਅਸੀਂ ਆਪਣੇ ਲੀਡਰ ਦੇ ਹੁਕਮਾਂ 'ਤੇ ਨਹੀਂ ਚੱਲਾਂਗੇ ਅਸੀਂ ਬਿਲਕੁਲ ਜ਼ਲੀਲ ਹੋਵਾਂਗੇ, ਬਿਲਕੁਲ ਅਸੀਂ ਰੁੜ ਜਾਵਾਂਗੇ ਔਰ ਸਾਡਾ ਧਰਮ ਵੀ ਰੁੜ ਜਾਏਗਾ। ਐਡੀ ਵੱਡੀ ਵਿਰਾਸਤ ਔਰ ਐਡੀ ਵੱਡੀ ਕੁਰਬਾਨੀ ਗੁਰੂਆਂ ਦੀ ਇਸ ਗ੍ਰੰਥ ਦੇ ਨਾਲ ਲੱਗੀ ਹੋਈ ਹੈ। ਹੁਣ ਦੇਖੋ ਕੀ ਹੋਇਆ, ਹੁਣ ਦੀ ਤੁਹਾਨੂੰ ਦੋਨੀਆਂ ਗੱਲਾਂ ਦੱਸ। ਗੁਰੂ ਗ੍ਰੰਥ ਸਾਹਿਬ ਇੱਕ ਪਟਿਆਲੇ ਕੋਲ ਪਿੰਡ ਹੈ, ਉਸ ਪਿੰਡ ਦੇ ਵਿੱਚ ਕਿਸੇ ਮਾਈ ਨੇ, ਉਹਦੇ ਵਿਚਾਰੀ ਦਾ ਬੱਚਾ ਕੋਈ ਨਹੀਂ ਸੀ, ਉਹਨੇ ਮਰਨ ਤੋਂ ਪਹਿਲਾਂ ਵਿਲ ਕਰ ਦਿੱਤੀ ਵੀ ਇੰਨੀ ਜ਼ਮੀਨ ਮੇਰੀ ਜਿਹੜਾ ਡੇਰੇ ਦੇ ਵਿੱਚ ਗੁਰੂ ਗ੍ਰੰਥ ਆ ਉਹਦੇ ਨਾਂ ਲਿਖਵਾ। ਅੱਛਾ, ਉਹਦੇ ਵਿੱਚ ਬੈਠਾ ਸੀ ਤੁਹਾਡਾ ਸੰਤ ਸਮਾਜੀ ਕੋਈ, ਉਹਨੇ ਕੀ ਕੀਤਾ, ਮਿਲ ਮਿਲਾ ਕੇ ਤਹਿਸੀਲਦਾਰ ਉੱਧਰੋਂ ਸਿਫਾਰਸ਼ਾਂ ਕਰਾ ਕਰੂ ਕੇ ਉਹ ਜ਼ਮੀਨ ਆਪਣੇ ਨਾਂ ਚੜਾ, ਜਿਹੜਾ ਸੰਤ ਸਮਾਜੀ ਸੀ। ਤਾਂ ਹੋਇਆ ਕੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹ ਦੂਜੀ ਸੰਤ ਸਮਾਜੀ, ਉਹਨੇ ਅਸਲ ਜ਼ਮੀਨ ਲੈ ਗਿਆ ਸਾਹਿਬ ਇਹਦਾ ਬਦਲ, ਉਹਨਾਂ ਨੇ ਉਸ ਦੇ ਖਿਲਾਫ ਲੋਅਰ ਕੋਰਟ 'ਚ ਕੇਸ ਕਰਤਾ। ਕੇਸ ਚੱਲਦਾ ਚੱਲਦਾ ਸੁਪਰੀਮ ਕੋਰਟ 'ਚ ਪਹੁੰਚ ਗਿਆ ਅਤੇ ਸੁਪਰੀਮ ਕੋਰਟ ਦੇ ਵਿੱਚ ਫੁੱਲ ਬੈਂਚ ਦੇ ਉੱਤੇ ਜਿਹੜਾ ਪ੍ਰਿਜ਼ਾਈਡਿੰਗ ਜੱਜ ਸੀ ਉਹ ਬੜਾ ਵਧੀਆ ਆਦਮੀ ਸੀ, ਸੋਇਰ ਦਾ ਆਦਮੀ ਸੀ, ਸੀ ਹਿੰਦੂ। ਉਸ ਨੇ ਇੱਕ ਜੱਜਮੈਂਟ ਦਿੱਤੀ ਜਿਹੜੀ ਬਹੁਤ ਹੀ ਰਿਮਾਰਕੇਬਲ ਜੱਜਮੈਂਟ ਆ। ਉਹ ਕਹਿੰਦਾ ਵੀ ਜਿਹੜਾ ਸਿੱਖਾਂ ਦਾ ਗ੍ਰੰਥ ਹੈ, ਸਿਕ੍ਰਿਪਚਰ ਉਹਨੇ ਕਿਹਾ ਵੈਸੇ ਗ੍ਰੰਥ ਕਹਿਣਾ ਚਾਹੀਦਾ ਸੀ, ਗ੍ਰੰਥ ਹੈ ਉਹਦਾ ਜੁਰਿਸਟਿਕ ਸਟੇਟਸ ਹੈ,
ਜੁਰਿਸਟਿਕ ਸਟੇਟਸ ਉਹ ਹੁੰਦਾ ਜਿਹਦੇ ਜਿਹਦੇ ਕੋਲ ਕਾਨੂੰਨੀ ਅਧਿਕਾਰ ਹੋਣ ਪ੍ਰੋਪਰਟੀ ਦੇ। ਮੈਂ ਫਰਜ਼ ਕਰੋ ਕੋਈ ਮੈਂ ਕਿਸੇ ਪ੍ਰੋਪਰਟੀ ਮੇਰੇ ਨਾਂ ਲੱਗ ਸਕਦੀ, ਉਹਦਾ ਇੰਤਕਾਲ ਹੋ ਸਕਦਾ, ਉਹਦੀ ਰਜਿਸਟਰੀ ਹੋ ਸਕਦੀ ਹੈ ਮੇਰੇ ਨਾਂ, ਪਰ ਕਿਸੇ ਚੀਜ਼ ਜਿਹੜੀ ਐਪਰੈਂਟਲੀ ਜਿਹਨੂੰ ਲੋਕ ਸਮਝਦੇ ਵੀ ਬੇਜ਼ਬਾਨ ਚੀਜ਼ ਆ, ਉਹਦੇ 'ਤੇ ਤਾਂ ਨਹੀਂ ਹੋ ਸਕਦੀ। ਤਾਂ ਉਸ ਬੰਦੇ ਨੇ ਜੱਜਮੈਂਟ ਦਿੱਤੀ ਵੀ ਜਿਹੜਾ ਸਿੱਖਾਂ ਦਾ ਗ੍ਰੰਥ ਹੈ ਇਟ ਇਜ਼ ਡਿਫਰੈਂਟ ਦੈਨ ਦਾ ਆਈਡਲ ਐਂਡ ਆਲਸੋ ਡਿਫਰੈਂਟ ਦੈਨ ਦਾ ਕ੍ਰੋਸ। ਮਾਫ ਕਰਨਾ ਮਾਈਂਡ ਅਗਰ ਤੋ ਉਹਨੇ ਇਹ ਗੱਲ ਕਹੀ, ਉਹ ਲਿਖੀ ਵੀ ਉਸ ਤੱਕ, ਨੀਦਰ ਐਨੀ ਪ੍ਰੋਪਰਟੀ ਕੈਨ ਬੀ ਰਜਿਸਟਰਡ ਔਨ ਦੀ ਨੇਮ ਆਫ ਦਾ ਆਈਡਲ ਔਰ ਔਨ ਦੀ ਨੇਮ ਆਫ ਦਾ ਕ੍ਰੋਸ, ਬਟ ਇਟ ਕੈਨ ਡੈਫੀਨੇਟਲੀ ਬੀ ਰਜਿਸਟਰਡ ਔਨ ਦੀ ਨੇਮ ਆਫ ਦਾ ਗੁਰੂ ਗ੍ਰੰਥ ਔਫ ਦੀ ਸਿੱਖ। ਬੋਲੇ ਸੋਨਿਆ। ਅੱਛਾ ਹੁਣ ਮੈਨੂੰ ਦੱਸੋ, ਥੱਕ ਗਏ ਕਿ ਹਲੇ ਠੀਕ ਹੋ? ਬ੍ਰੇਕ ਕਰ ਲਈਏ 5-4 ਮਿੰਟ ਹੈ। ਤੋ ਹੁਣ ਖਾਲਸਾ ਦੀ ਗੱਲ ਇਹ ਆ, ਫੈਸਲਾ ਤੁਹਾਡੇ ਹੱਥ ਵਿੱਚ ਆ, ਪਰ ਜਿਹੜਾ ਤੁਹਾਡੇ ਅੰਦਰ ਬੈਠਾ ਨਾ ਬਸੰਦ, ਉਹ ਤੁਹਾਨੂੰ ਬਹੁਤ ਖਰਾਬ ਕਰ। ਖਤਰਾ ਬ੍ਰਾਹਮਣ ਤੋਂ ਨਹੀਂ ਹੈ, ਖਤਰਾ ਤੁਹਾਨੂੰ ਅੰਦਰਲੇ ਮਸੰਦ ਤੋਂ। ਕੀ ਕੀਤਾ ਮਸੰਦ ਨੇ? ਉਹਨੇ ਕਿਹਾ ਪੰਥ ਜਿਹੜਾ ਲਫ਼ਜ਼ ਹੈ, ਦੇਖੋ ਕੈਸਾ ਚਲਾਕ ਜਿਹੜਾ, ਕੈਸਾ ਹੁਸ਼ਿਆਰ ਬੇਈਮਾਨ ਜਿਹੜਾ ਮਸੰਦ ਆ, ਮਸੰਦ ਮਿਲਣ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਜਿਹੜੇ ਉਹਨੂੰ ਕੰਟਰੋਲ ਕਰਨ ਵਾਲੇ, ਉਹਨਾਂ ਦੀ ਗੱਲ ਦੱਸ। ਪੰਥ ਦੇ ਜਿਹੜੇ ਟਰਾਂਸਲੇਸ਼ਨ ਹੈ ਉਹ ਵੀ ਬਦਲ ਦਿੱਤੀ। ਪੰਥ ਕੀ ਚੀਜ਼ ਹੈ? ਪੰਥ ਤੋਂ ਮਤਲਬ, ਪੰਥ ਤੋਂ ਮਤਲਬ ਰਸਤਾ, ਮਾਰਗ, ਸਿੰਪਲ ਗੱਲ, ਵੈਰੀ ਸਿੰਪਲ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਪਰਿਭਾਸ਼ਾ ਨੂੰ ਕਿਸ ਤਰੀਕੇ ਦੇ ਨਾਲ ਡਿਸਟਰੋਏ ਕਰ ਰਹੀ ਹੈ? ਉਹ ਭਾਈ ਗੁਰਦਾਸ ਜੀ ਸਿਰਫ ਪੰਥ ਦੀ ਗੱਲ ਕਰਦਾ, ਪੰਥ ਦਾ ਸ਼ਬਦ ਮਾਰਾ ਦੇ ਵਿੱਚ ਵਾਰ ਵਾਰ ਇਸਤੇਮਾਲ ਕਰਦਾ। ਸਾਰੇ ਸਿੱਖ ਸਰੋਤਾਂ ਦੇ ਵਿੱਚ ਪੰਥ ਲਿਖਿਆ ਹੋਇਆ ਵੀ ਸਿੱਖਾਂ ਦਾ ਤੀਸਰ ਪੰਥ ਹੈ। ਆਹ ਦੇਖੋ ਖਾਲਸਾ ਜੀ ਪੜ੍ਹ ਪੜਿਆ, ਇਹਨਾਂ ਨੂੰ ਸਾਰਾ ਕੁਝ ਪਤਾ। ਤਾਂ ਉਹ ਕੀ ਕਹਿੰਦਾ ਕਿ ਪੰਥ ਕੀ ਹੈ? ਕੁਝ ਤਿਆਰ ਬਰ ਤਿਆਰ ਸਿੰਘਾਂ ਦੇ ਸਮੂਹ ਦਾ ਨਾਂ ਹੈ। ਦੱਸੋ ਕਿਸ ਕਿਸ ਆਮ ਬੰਦਾ ਨਹੀਂ ਸਮਝੇਗਾ ਚਲਾਕੀ ਨੂੰ, ਆਮ ਬੰਦਾ ਇਹ ਜਿਹੜੀ ਐਕਸਪਲੇਨੇਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਤੀ ਹੈ ਉਸ ਨੂੰ ਨਹੀਂ ਪਕੜ ਸਕਦਾ। ਉਹ ਵਿਚਾਰਾ ਉਇਓ ਹੀ ਹੁੰਦੇ ਆ ਵਿਚਾਰੇ ਆਪਣੇ ਖਾਲਸੇ, ਉਹ ਮਾੜਾ ਜਿਹਾ ਪੜ੍ਹ ਲਿਆ, ਚਲੋ ਠੀਕ ਹੈ, ਸਤਿ ਸ਼੍ਰੀ ਅਕਾਲ, ਮੱਥਾ ਟੇਕ ਲਿਆ, ਇੰਨੇ ਦਾ ਭੋਗ ਰਾਤ ਦਾ ਪ੍ਰਸ਼ਾਦ ਆ ਗਿਆ। ਪੰਥ ਇੱਕ ਮਾਰਗ ਹੈ ਜਿਹਦੀ ਆਪਣੀ ਇੰਡੀਵਿਜੁਅਲਿਟੀ ਹੈ, ਜਿਹਦੀ ਆਪਣੀ ਸੋਵਰੇਨਿਟੀ ਹੈ, ਜਿਸਦੀ ਆਪਣੀ ਜਿਸਦਾ ਆਪਣੀਆਂ ਹਰ ਚੀਜ਼ ਧਾਰਾਵਾਂ ਹਨ। ਭਾਈ ਗੁਰਦਾਸ ਜੀ ਕਹਿ ਰਿਹਾ ਤੀਸਰ ਪੰਥ ਚਲਾਇਓ, ਮਾਇਆ ਸਿੰਘਾਂ ਜਗ ਵਿੱਚ ਨਾਨਕ ਨਿਰਮਲ ਪੰਥ। ਭਾਈ ਗੁਰਦਾਸ ਕਹਿ ਰਿਹਾ ਮਾਰਿਆ ਸਿੱਖਾਂ ਜਗਤ ਵਿੱਚ ਸਟ੍ਰੈਸ ਕਿਸ ਗੱਲ ਤੇ ਆ? ਨਿਰਮਲ ਤੇ। ਉਸ ਵੇਲੇ ਨੇਸ਼ਨ ਦਾ ਨਾਂ ਕਿਸੇ ਨੂੰ ਨਹੀਂ ਸੀ ਪਤਾ, ਮਾਫ਼ ਕਰ, ਕੌਮ ਲਫ਼ਜ਼ ਕਦੇ ਉਸ ਵੇਲੇ ਐਗਜ਼ਿਸਟੈਂਸ ਨਹੀਂ ਆਇਆ। ਤਾਂ ਸਭ ਤੋਂ ਪਹਿਲਾਂ ਇੱਕ ਬਹੁਤ ਸੁਹਿਰਦ ਗੋਰਾ ਜੀ ਡੀ ਕਨਿੰਗਮ, ਉਸ ਨੇ ਹਿਸਟਰੀ ਆਫ ਦੀ ਸਿੱਖਸ ਲਿਖੀ। ਉਹ ਸਾਡੇ ਨਾਲੋਂ ਸਿੱਖਾਂ ਨਾਲੋਂ ਸਿਆਣਾ ਸੀ, ਮਾਫ਼ ਕਰ, ਉਹਨੇ ਬੜੀ ਕੀਮਤ ਵੀ ਬੜੀ ਅਦਾ ਕੀਤੀ ਵਿਚਾਰੀ। ਉਹ ਕੀ ਕਹਿ ਰਿਹਾ? ਪਹਿਲਾ ਓਪਰੇਟਿੰਗ ਸੈਂਟੈਂਸ ਆਫ ਦਾ ਹਿਸਟਰੀ ਆਫ ਦੀ ਸਿੱਖ ਜਿਹੜਾ 1859 ਦੇ ਵਿੱਚ ਕਿਤਾਬ ਛਪੀ ਹੋਈ, ਜਦੋਂ ਸਿੱਖਾਂ ਦਾ ਰਾਜ ਗਿਆ ਉਹਦੇ ਨਾਲ ਹੀ ਉਹ ਕਿਤਾਬ ਛਪੀ, ਔਰ ਉਹਦੇ ਤੋਂ ਬਾਅਦ ਲਾਰਡ ਡਲਹੌਜ਼ੀ ਜਿਹੜਾ ਗਵਰਨਰ ਜਨਰਲ ਸੀ ਉਹਨੇ ਉਹਨੂੰ ਕੈਸ਼ ਕਰ ਕੈਸ਼ ਤੋਂ ਮਤਲਬ ਸਜ਼ਾ ਦੇ ਦਿੱਤੀ ਕਿ ਤੇਰੀ ਪੈਨਸ਼ਨ ਵੀ ਜਾਂਦੀ ਰਹੀ ਔਰ ਤੇਰੀ ਨੌਕਰੀ ਵੀ ਜਾਂਦੀ। ਕਿਉਂ ਜਾਂਦੀ ਰਹੀ? ਕਿਹੜੀ ਗੱਲ ਦੀ ਸਜ਼ਾ ਦਿੱਤੀ? ਉਸਨੇ ਲਿਖਿਆ ਗੁਰੂ ਨਾਨਕ ਦੀ ਫਾਊਂਡਰ ਆਫ ਅ ਨੇਸ਼ਨ। ਔਰ ਉਸ ਜੇ ਗੁਰੂ ਨਾਨਕ ਇਜ਼ ਦੀ ਫਾਊਂਡਰ ਆਫ ਅ ਨੇਸ਼ਨ ਦੈਨ ਦੀ ਬ੍ਰਿਟਿਸ਼ ਹੈਵ ਨੋ ਲੈਜੀਟੀਮੇਸੀ ਟੂ ਇੰਪੋਜ਼ ਵਾਰ ਔਨ ਦੀ ਮਾਈਨਰ ਮਹਾਰਾਜ ਹੂਜ਼ ਰੀਜੈਂਟ ਦੇ ਆਰ ਐਂਡ ਟੂ ਯੂ ਨੋ ਅਨੈਕਸ ਦੀ ਕਿੰਗਡਮ ਆਫ ਪੰਜਾਬ। ਡਲਹੌਜ਼ੀ ਅੰਗਰੇਜ਼ ਤਾਂ ਸਮਝਦਾਰ ਸੀ, ਸਿੱਖ ਨੂੰ ਤਾਂ ਇਸ ਗੱਲ ਦੀ ਸਮਝ ਨਹੀਂ ਸੀ, ਪਕੜ ਨਹੀਂ ਸੀ ਇਸ ਗੱਲ ਦੀ। ਉਹ ਵਿਚਾਰੇ ਗਰੀਬ ਅੰਗਰੇਜ਼ ਨੂੰ ਜਿਹੜਾ ਮੇਜਰ ਦੇ ਰੈਂਕ ਦਾ ਆਦਮੀ ਸੀ ਔਰ ਆਇਰਿਸ਼ ਸੀ, ਉਸਦੀ ਪੈਨਸ਼ਨ ਵੀ ਖਤਮ ਕਰਤੀ, ਉਹਦੀ ਨੌਕਰੀ ਵੀ ਖਤਮ ਕਰਤੀ। ਉਹ ਵਿਚਾਰਾ ਧੱਕੇ ਖਾਂਦਾ ਖੁਆਉਂਦਾ ਬੜੀ ਮੁਸ਼ਕਲਾਂ ਨਾਲ
ਫਿਰ ਪੇਸ਼ ਹੋ ਕੇ ਫਿਰ ਉਹ ਤੋਂ ਰਿਵਾਈਜ਼ ਕਰਾਈ ਵੀ ਇਹ ਗੱਲ ਉਹਨੂੰ ਰਿਵਾਈਜ਼ ਕਰਦੇ ਅਤੇ ਇਸ ਦੇ ਬੜੇ ਘਾਤਕ ਨਤੀਜੇ ਆ, ਇਹਦੇ ਬੜੇ ਸਟਰੋਂਗ ਮੈਸੇਜਿਸ ਆ। ਤੋ ਉਸ ਤੋਂ ਖੈਰ ਐਨੀ ਹਾਓ ਉਹ ਅਵੇਲੇਬਲ ਹੈ ਜਿਹੜਾ ਡਾਕੂਮੈਂਟ ਉਸਨੇ ਜੇ ਡੀ ਕਨਿੰਗਮ ਨੇ 1849 ਵਿੱਚ ਛਾਪਿਆ ਉਹ ਅਵੇਲੇਬਲ ਆ ਲਾਇਬ੍ਰੇਰੀਆਂ ਦੇ ਵਿੱਚ ਮਿਲਦਾ। ਤੋ ਮੇਰਾ ਮਤਲਬ ਕਹਿਣ ਦਾ ਹੋਇਆ ਇਸੇ ਤਰੀਕੇ ਨਾਲ ਹੁਣ ਦੇਖੋ ਜਿਹੜਾ ਮਸੰਦ ਆ ਉਹ ਕੀ ਕਰ ਰਿਹਾ, ਬਹੁਤ ਬਹੁਤ ਬਰੀਕੀ ਨਾਲ, ਬਹੁਤ ਹੁਸ਼ਿਆਰੀ ਨਾਲ, ਬਹੁਤ ਚਲਾਕੀ ਨਾਲ ਉੱਤੇ ਉਹਨਾਂ ਦਾ ਬੈਠਾ ਸਰਬਰਾ। ਕੌਣ ਆ ਸਰਬਰਾ? ਪ੍ਰਕਾਸ਼ ਸਿੰਘ ਬਾਦਲ ਉਹਨਾਂ ਦਾ ਸਰਬਰਾ ਜਿਹੜਾ ਹੈਗਾ ਮਸੰਦਾ ਦਾ ਉੱਤੇ ਬੈਠਾ, ਉਹ ਉਹਨਾਂ ਨੂੰ ਥਾਪੀ ਦੇ ਰਿਹਾ ਵੀ ਚੱਕ ਦੋ ਪੱਟੇ ਸਿੱਖੀ। ਦੂਸਰੀ ਕੀ ਗੱਲ ਕੀਤੀ? ਸੰਗਤ ਬਾਰੇ ਗੱਲ ਕੀਤੀ। ਉਹ ਕੀ ਕਹਿੰਦੇ ਆ? ਸੰਗਤ 21 ਵਿਸਵੇ ਗੁਰੂ 20 ਵਿਸਵੇ। ਉਹ ਫਿੱਟੇ ਮੂੰਹ ਦੁਰਫਿੱਟੇ ਮੂੰਹ ਤੁਹਾਡੇ ਆਪਣੀ ਸਾਰੀਆਂ ਰਚਨਾ ਵਿੱਚ ਇਹ ਲਿਖ ਰਹੇ ਹੈ ਕਿ ਸੰਗਤ 21 ਵਿਸਵੇ ਔਰ ਗੁਰੂ 20 ਵਿਸਵੇ। ਇਮੈਜਿਨ ਕਰੋ, ਕਿਸੇ ਸਿੱਖ ਨੇ ਪ੍ਰੋਟੈਸਟ ਨਹੀਂ ਕੀਤਾ। ਉਹ ਗੁਰੂ ਜਿਹੜਾ ਤੁਹਾਡਾ ਕ੍ਰੀਏਟਰ ਹੈ, ਜਿਹੜਾ ਤੁਹਾਡਾ ਮਾਲਕ ਹੈ, ਜਿਹੜਾ ਤੁਹਾਨੂੰ ਗਾਈਡ ਕਰ ਰਿਹਾ, ਜਿਸਨੇ ਇੰਨੇ ਕਰਤੱਬ ਕਰਕੇ ਦਿਖਾਤੇ, ਉਹ 20 ਵਿਸਵੇ ਰਹਿ ਗਿਆ। ਸੰਗਤ ਕਿਹੜੀ ਹੈ ਜੀ? ਪ੍ਰਕਾਸ਼ ਸਿੰਘ ਬਾਦਲ ਜੀ ਹੋ ਗਏ, 10-15-20-25-50 ਹੋਰ ਹੋ ਗਏ, ਇਹ ਸੰਗਤ ਹੋ ਗਈ। ਸੰਗਤ 21 ਵਿਸਵੇ, ਗੁਰੂ 20 ਵਿਸਵੇ। ਗੁਰੂ ਦੀ ਕੋਈ ਅਥਾਰਟੀ ਨਹੀਂ ਹੈ, ਗੁਰੂ ਦੀ ਕੋਈ ਅਥਾਰਟੀ। ਦਿਸ ਸਟੇਟਮੈਂਟ, ਇਹ ਜਿਹੜੀਆਂ ਸਟੇਟਮੈਂਟ ਆ ਰਹਿਤ ਮਰਿਆਦਾ ਦੇ ਵਿੱਚ ਆ, ਖਾਲਸਾ ਦੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਛਾਪੀ, ਇਹਨੂੰ ਤੁਸੀਂ ਐਕਸੈਪਟ ਕਰ ਰਹੇ ਹੋ। ਮਸੰਦ ਆਪਣੀਆਂ ਗੱਲਾਂ ਚਲਾ ਰਿਹਾ, ਮਸੰਦ ਦਾ ਜਿਹੜਾ ਸਰਬਰਾ ਉੱਤੇ ਬੈਠਾ ਹਾ ਕਰ ਰਿਹਾ, ਔਰ ਉਸ ਦੇ ਪਿੱਛੇ ਜਿਹੜੀ ਬੈਠੀ ਤਾਕਤ ਹੈ ਆਰਐਸਐਸ, ਉਹ ਕਹਿ ਰਹੀ ਹੈ ਸ਼ਾਬਾਸ਼ ਪੁੱਤਰ, ਤੂੰ ਜਿੰਨੇ ਮਰਜ਼ੀ ਪੈਸੇ ਕਮਾਉਣੇ ਕਮਾ। ਸਮਝ ਕਿੱਡੀ 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 ਵੱਡੀ ਗੱਲ ਹੈ, ਜਿਸ 'ਤੇ ਸਿੱਖ ਨੂੰ ਖੜਾ ਹੋ ਜਾਣਾ ਚਾਹੀਦਾ, ਸਿੱਖ ਨੂੰ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਹੁਣ ਕੀ ਹੈ? ਸੰਤ ਸੰਤ ਲਫ਼ਜ਼ ਲੱਭ ਲਿਆ, ਗੁਰੂ ਬਾਣੀ ਦੇ ਵਿੱਚੋਂ ਲੱਭ ਲਿਆ। ਉਹ ਸੰਤ ਇੱਕ ਕਿਰਿਆ ਦਾ ਨਾਮ ਹੈ, ਸੰਤ ਕਿਸੇ ਬੰਦੇ ਦਾ ਨਾਮ ਨਹੀਂ। ਸੰਤ ਕਿਸ ਤਰੀਕੇ ਨਾਲ ਵਿਚਰਨਾ ਹੈ ਇਸ ਦੁਨੀਆਂ ਦੇ ਵਿੱਚ, ਕਿਸ ਤਰੀਕੇ ਨਾਲ ਇਸ ਦੁਨੀਆਂ ਦੀਆਂ ਬੁਰਾਈਆਂ ਤੋਂ ਉੱਤਰ ਉੱਠ ਕੇ ਇਸ ਦੁਨੀਆਂ ਦੇ ਵਿੱਚ ਵਿਚਰ ਕੇ ਸਮਾਜ ਦੇ ਲਈ ਕੁਛ ਕਰਨਾ, ਉਹ ਸੰਤ। ਜੇ ਗੁਰੂ ਨੇ ਸੰਤ ਹੀ ਬਣਾਉਣੇ ਹੁੰਦੇ ਤਾਂ 10ਵੇਂ ਪਾਤਸ਼ਾਹ ਕਦੇ ਕਿਰਪਾਨ ਨਾ ਦਿੰਦੇ ਸਿੱਖ ਖਾਲਸੇ ਨੂੰ, ਖਾਲਸੇ ਨੂੰ ਕਦੇ ਕਿਰਪਾਨ ਨਾ ਦਿੰਦੇ ਤਾਂ ਕੀ ਦੇਣਾ ਸੀ? ਮਾਲਾ ਪਾ ਦੇਣਾ ਸੀ। ਗੁਰੂ ਨੇ ਸੋਚ ਕੇ ਸਮਝ ਕੇ ਵਿਚਾਰ ਕੇ ਜੋ ਗੁਰੂ ਪਹਿਲੇ ਪਾਤਸ਼ਾਹ ਦਾ ਆਦੇਸ਼ ਸੀ ਖਾਲਸਾ ਜੀ, ਉਹ ਦਿੱਤਾ 10ਵੇਂ ਪਾਤਸ਼ਾਹ ਨੇ ਕਿ ਲੈ ਭਰਾਵਾ ਤੂੰ ਹੁਣ ਲੈ ਕਿਰਪਾਨ। ਔਰ ਕਿਰਪਾਨ ਗੱਲ ਦੇ ਵਿੱਚ ਪਾਉਣੀ ਹੈ ਇੱਕ ਕਮਿਟਮੈਂਟ ਹੈ। ਕੀ ਕਮਿਟਮੈਂਟ ਹੈ? ਜਿਹੜਾ ਪਰਿਵਾਰ ਨਾਸ਼, ਧਰਮ ਨਾਸ਼, ਕਰਮ ਨਾਸ਼, ਕਿਰਤ ਨਾਸ਼, ਜੋ ਤੇਰਾ ਸਾਰਾ ਬੈਕਗਰਾਊਂਡ ਆ ਟੋਟਲੀ ਰਿਨੰਸੀਏਟ, ਛੱਡ ਦਿੱਤਾ। ਜੇ ਤੂੰ ਕਿਸੇ ਪਰਿਵਾਰ ਦਾ ਕਹਿੰਦਾ ਜੀ ਮੈਂ ਫਲਾਣੇ ਬੰਦੇ ਦੀ ਪਰਿਵਾਰ ਦੇ ਵਿੱਚੋਂ ਹਾਂ, ਮੈਂ ਫਲਾਣੇ ਬੰਦੇ ਦੀ ਪਰਿਵਾਰ, ਉਹ ਯੂ ਹੈਵ ਨੋ ਰਿਲੇਸ਼ਨਸ਼ਿਪ, ਫਰਗੇਟ, ਉਹ ਨਾਸ਼ ਹੋ ਗਿਆ, ਖਤਮ ਹੋ ਗਿਆ। ਜੇ ਕਹਿੰਦਾ ਤੇਰਾ ਹਿੰਦੂ ਧਰਮ ਆ, ਮੇਰਾ ਮੁਸਲਮਾਨ ਆ, ਮੈਂ ਉਹ ਫਲਾਣਾ ਦੇ, ਉਹ ਵੀ ਖਤਮ। ਇੱਕ ਨਵਾਂ ਪਰਿਵਾਰ ਬਣ ਗਿਆ, ਇੱਕ ਨਵਾਂ ਧਰਮ ਬਣ ਗਿਆ, ਇੱਕ ਨਵੀਂ ਕਿਰਤ ਬਣ ਗਈ, ਇੱਕ ਨਵਾਂ ਪਰਮ ਜਿਹੜੇ ਸੀ ਉਹ ਛੱਡ ਕੇ ਇੱਕ ਨਵਾਂ ਸਿਸਟਮ ਦੇ ਵਿੱਚ ਤੂੰ ਆ ਗਿਆ, ਔਰ ਉਹਦੇ ਵਿੱਚ ਤੇਰੀ ਟੋਟਲ ਕਮਿਟਮੈਂਟ ਹੈ। ਕੀ ਕਮਿਟਮੈਂਟ ਹੈ? ਮਾਂ ਤੇਰੀ ਸਾਹਿਬ ਕੌਰ ਹੈ, ਬਾਪ ਤੇਰਾ ਗੁਰੂ ਗੋਬਿੰਦ ਸਿੰਘ ਹੈ, ਵਾਸੀ ਤੂੰ ਕਿੱਥੇ ਹੈ? ਕੇਸ਼ਗੜ੍ਹ ਦਾ, ਅਨੰਦਪੁਰ ਸਾਹਿਬ ਦਾ ਨਹੀਂ, ਕੇਸ਼ਗੜ੍ਹ ਦਾ। ਤੋ ਖਾਲਸਾ ਜੀ ਇੱਕ ਐਸੀ ਟ੍ਰਾਂਸਫਰਮੇਸ਼ਨ, ਇੱਕ ਐਸਾ ਰੈਵੋਲੂਸ਼ਨ ਜਿਹੜਾ ਯੂਨੀਕ ਹੈ ਦੁਨੀਆ ਦੇ ਇਤਿਹਾਸ ਦੇ ਵਿੱਚ, ਅਤੇ ਤੁਸੀਂ ਉਸ ਫੁੱਲ ਚਾ ਰਹੇ ਹੋ, ਹੈ ਕੀ ਉਹ ਖਾਲਸਾ? ਕੀ ਹੈ? ਮਾਂ ਨੂੰ ਪੁੱਛਿਆ ਜਾਂਦਾ 18ਵੀਂ ਸਦੀ ਵਿੱਚ, ਉਹਦੇ ਚਾਰ ਬੱਚੇ, ਚਾਰ ਮੁੰਡੇ, ਉਹ ਆ ਕੇ ਪੁੱਛਦਾ ਵੀ ਕਿੰਨੇ ਮੁੰਡੇ ਆ ਬੀਬੀ ਤੇਰੇ? ਕਹਿੰਦੀ ਤਿੰਨਾ ਇੱਕ ਤਾਂ ਸਿੰਘ ਬਣ ਗਿਆ। ਕਹਿੰਦੀ ਤਿੰਨਾ ਇੱਕ ਤਾਂ ਸਿੰਘ ਬਣ ਗਿਆ, ਹੱਸਣ ਵਾਲੀ ਗੱਲ ਨਹੀਂ, ਸੀਰੀਅਸ ਗੱਲ ਹੈ, ਹੋਇਆ, ਇਟ ਹੈਜ਼ ਹੈਪਨਡ ਐਂਡ ਦਿਸ ਇਜ਼ ਰਿਕਾਰਡਿਡ, ਦਿਸ ਇਜ਼ ਐਵੀਡੈਂਸਡ। ਤਾਂ ਉਹ ਕਹਿੰਦੀ ਵੀ ਇੱਕ ਨੇ ਤਾਂ
ਜ਼ਰੂਰਤ ਨਹੀਂ ਹੈ ਕਿ ਸਾਰੇ ਸਿੱਖ ਅੰਮ੍ਰਿਤ ਛਕਣ। ਆਨੰਦਗੜ੍ਹ ਦੀ ਮਿਹਨਤ ਨਾਲ ਝਗੜਾ ਹੋ ਗਿਆ, ਸਾਡੀ ਥੋੜ੍ਹੀ ਦੋਸਤੀ ਪਾਉਣ ਦੀ ਕੋਸ਼ਿਸ਼ ਕੀਤੀ ਸੀ ਵੀ ਕੰਮ ਆ ਜਾਣ, ਪਰ ਉਹ ਮੇਰੇ ਨਾਲ ਮਤਲਬ ਵਿਖੜ ਗਏ। ਤਾਂ ਕੀ ਹੈ, ਉਹ ਕਹਿੰਦੇ ਆ ਵੀ ਸਾਰੇ ਸਿੱਖ ਜਗਤ ਨੂੰ ਮੈਂ ਅੰਮ੍ਰਿਤ ਛਕਾ ਕੇ ਫਿਰ ਕੋਈ ਗੱਲ ਕਰਾਂ। ਮੈਂ ਕਿਹਾ ਮੁਬਾਰਕ ਹੈ ਜੀ, ਮੈਂ ਕਿਹਾ ਇੱਕ ਤਰੀਕੇ ਨਾਲ ਸਾਰਾ ਸਿੱਖ ਜਗਤ ਬਣ ਸਕਦਾ, ਅੰਮ੍ਰਿਤ ਛਕ ਸਕਦਾ, ਤੁਹਾਡੇ ਕੋਲ ਨਹੀਂ, ਮੈਂ ਕਿਹਾ ਮੇਰੇ ਕੋਲ। ਕਹਿੰਦੇ ਕਿੰਨੇ, ਮੈਂ ਕਿਹਾ ਜੀ ਕਿੰਨੀ ਆਬਾਦੀ ਹੈ ਸਿੰਘਾਂ ਦੀ, ਕਹਿੰਦੇ 2 ਕਰੋੜ ਹੋਣੀ ਹੈ। ਮੈਂ ਕਿਹਾ ਜੀ 2 ਕਰੋੜ ਗੁਰਦੁਆਰੇ ਬਣਾਓ, 2 ਕਰੋੜ ਗੁਰਦੁਆਰੇ ਬਣਾ ਕੇ ਕਹੋ ਵੀ ਆਓ ਅੰਮ੍ਰਿਤ ਛੱਕ ਕੇ, ਜਿਹੜਾ ਆ ਗਿਆ ਲਾਈਨ 'ਚ ਆ ਗਿਆ, ਪਹਿਲੇ ਨੂੰ ਆਹ ਗੁਰਦੁਆਰਾ, ਦੂਜੇ ਨੂੰ ਆਹ ਗੁਰਦੁਆਰਾ, ਤੀਜੇ ਨੂੰ ਜ਼ਰੂਰ ਬਣਵਾ। ਆਹ ਪ੍ਰਧਾਨ ਹੀ ਬਣੂ ਜੀ ਜਿਹੜਾ ਪਹਿਲਾਂ ਆ ਗਿਆ। ਇਹ ਵਿਚਾਰੇ ਭਲੇ ਮਾਨਸਾ ਜਿਹਨਾਂ ਦੇ ਕੋਲ ਤੁਸੀਂ ਬੈਠੇ, ਇਹੋ ਜਿਹੇ ਨਹੀਂ, ਬੜੇ ਦੂਜੇ ਲੋਕ, ਇਹਨਾਂ ਨੂੰ ਨਾ ਠੋਕਰਾ ਮਾਰ, ਇਹਨਾਂ ਨੂੰ ਆਪਣਾ ਕੰਮ ਕਰੋ। ਤਾਂ ਮੇਰਾ ਮਤਲਬ ਕਹਿਣ ਦਾ ਇਹ ਆ ਕਿ ਇਸ ਕਿਸਮ ਦਾ ਖੇਲ ਖੇਲਿਆ ਜਾ ਰਿਹਾ, ਉਹ ਖੇਲ ਰਹੇ ਆ ਕ੍ਰਿਕਟ ਦਾ ਮੈਚ, ਤੁਸੀਂ ਖੇਲ ਰਹੇ ਹੋ ਕਬੱਡੀ, ਕੋਈ ਮੀਟਿੰਗ ਗਰਾਊਂਡ ਨਹੀਂ ਹੈ, ਸਮਝੇ ਕਿ ਨਹੀਂ। ਉਹਨਾਂ ਦਾ ਕਬੱਡੀ ਦਾ ਸਿੱਧਾ ਜੱਟ ਜੱਫਾ ਹੀ ਆ ਨਾ, ਉਹ ਹੈਗੀ ਸੋਫਿਸਟੀਕੇਟਿਡ ਗੇਮ ਗੋਰਿਆਂ ਦੀ ਚਲਾਈ ਨਹੀਂ। ਤਾਂ ਮੇਰਾ ਮਤਲਬ ਕਹਿਣ ਦਾ ਆ ਇਹਨਾਂ ਸਾਰਿਆਂ ਤਰੀਕਾਂ ਨੂੰ, ਸਾਰੀਆਂ ਚੀਜ਼ਾਂ ਨੂੰ ਸਮਝਣ ਦੇ ਲਈ ਖਾਲਸਾ ਜੀ, ਜਿਵੇਂ ਇਹਨਾਂ ਨੇ ਕਿਹਾ, ਫਿਰ ਮੈਂ ਉੱਥੇ ਆ ਗਿਆ, ਕਲਮ ਇੰਟਲੈਕਟ ਉਸ ਨੂੰ ਜਿੰਨੀ ਵਿੱਦਿਆ ਵਿਚਾਰੀ, ਫਿਰ ਉਹਨੇ ਬਹੁਤ ਕਮਾਲ ਹਰ ਚੀਜ਼ਾਂ ਛੋਟੀ ਛੋਟੀ ਗੱਲ ਦਿਓ, ਬਹੁਤ ਹੌਲੀ ਬਾਣੀ ਪੜ੍ਹਨ ਦੀ ਲੋੜ ਵੀ ਨਹੀਂ ਹੈ, ਥੋੜ੍ਹੀ ਜਿਹੀ ਗੱਲ ਪੜ੍ਹ ਲਓ। ਵਿੱਦਿਆ ਵਿਚਾਰੀ, ਵਿਚਾਰੀ ਤੋਂ ਮਤਲਬ ਨਹੀਂ ਪਿਟੀਏਬਲ, ਵਿਚਾਰ ਦੀ ਹੈ, ਥਿੰਕਿੰਗ ਦੀ ਹੈ, ਥਾਟ ਦੀ ਹੈ, ਇੰਟਲੈਕਟ ਦੀ ਹੈ। ਜਦੋਂ ਇੰਨੀ ਉਹ ਗੱਲ ਫੜ ਲਓ, ਬੱਲੇ ਬੱਲੇ ਹੋ, ਵਰਨਾ ਬਿੱਲੀ ਤਾਂ ਆ ਰਹੀ ਹੈ, ਅੱਖਾਂ ਵੀ ਚੀਜ਼ ਗੱਲ ਨਹੀਂ ਚੱਲਦੀ। ਇੰਨੀਆਂ ਲਿਖਤਾਂ ਲਿਖਦੇ ਹੋ, ਇੰਨੀਆਂ ਕਿਤਾਬਾਂ ਲਿਖਦੇ ਹੋ, ਇਹ ਜਿਹੜਾ ਕੇਸ ਤੁਹਾਡਾ ਦੁਸ਼ਮਣ ਹੈ ਨਾ, ਉਹ ਆਸ਼ਸ਼ ਕਰ ਸਕਦੇ। ਮੈਂ ਤੁਹਾਨੂੰ ਇੱਕ ਮਿਸਾਲ ਦਿੰਦਾ, ਅਖੀਰ 'ਚ ਫਿਰ ਉਹ ਕਹਿ ਕੇ ਬੰਦ ਕਰ। ਬੈਸਟ ਮਾਡਲ ਦੁਨੀਆ ਦੇ ਵਿੱਚ ਜੋ ਮੈਨੂੰ ਸਮਝ ਆਈ ਹੈ, ਟੂ ਸਰਵਾਈਵ ਅਗੇਂਸਟ ਦੀਸ ਕਾਇੰਡ ਆਫ ਸਿਚੁਏਸ਼ਨਸ, ਉਹ ਜਿਊਸ ਦਾ। ਜਿਊਸ ਦਾ ਸਭ ਤੋਂ ਬਿਹਤਰੀਨ ਮਾਡਲ ਹੈ, ਉਹਨਾਂ ਨੇ ਤਕਰੀਬਨ 2700 ਸਾਲ ਦੀ ਪ੍ਰੋਸੀਕਿਊਸ਼ਨ ਫੇਸ ਕੀਤੀ। 2700 ਸਾਲ ਦੀ ਪ੍ਰੋਸੀਕਿਊਸ਼ਨ ਦੇ ਦੌਰਾਨ 93 BC ਕ੍ਰਾਈਸਟ ਤੋਂ ਪਹਿਲਾਂ ਦੀ ਗੱਲ ਹੈ, 326 ਸਾਲ ਪਹਿਲਾਂ ਦੀ ਗੱਲ ਹੈ, ਰੋਮਨਸ ਨੇ ਉਹਨਾਂ ਨੂੰ ਬਹੁਤ ਪਿੱਟਿਆ, ਬਹੁਤ ਮਾਰਿਆ, 3 ਵਾਰੀ ਰੋਮਨਸ ਦੇ ਬੈਟਲ ਦੇ ਫੀਲਡ ਦੇ ਵਿੱਚੋਂ ਕ੍ਰਸ਼ ਕਰ ਦਿੱਤੇ। ਉਹ ਪਰੇਸ਼ਾਨ ਹੋ ਕੇ, ਜਿਵੇਂ ਤੁਸੀਂ ਬੈਠੇ ਹੋ ਇੱਥੇ, ਉਹ ਆਪਣੇ ਰਬਾਈ, ਉਹਨਾਂ ਦਾ ਬਹੁਤ ਜਿਹੜੇ ਪ੍ਰੀਸਟ ਨੂੰ ਰਬਾਈ ਕਹਿੰਦੇ ਆ, ਉਹ ਵਿਚਾਰੇ ਨੂੰ ਕੋਲ ਗਏ, ਉਹਨੂੰ ਕਹਿਣ ਲੱਗੇ, ਮਹਾਰਾਜ ਦੱਸੋ ਹੁਣ ਕੀ ਕਰੀਏ, ਕੋਈ ਢੰਗ ਦੱਸੋ ਜਿਹਦੇ ਨਾਲ ਅਸੀਂ ਬਚ ਨਿਕਲੀਏ, ਐਡਾ ਵੱਡਾ ਕ੍ਰਾਈਸਿਸ ਆ। ਉਸ ਦੇ ਵਿੱਚ ਇੱਕ ਲਫ਼ਜ਼, ਇੱਕ ਈਡੀਅਮ ਯੂਜ਼ ਕੀਤਾ ਉਹਨਾਂ ਦੇ ਰਾਈਟਰਸ ਨੇ, ਦੈਟ ਜੈਰੋਸਲਮ ਵਾਸ ਹਰੂਡ, ਸੁਹਾਗਾ ਫਿਰ ਨੂੰ ਹਰੋ ਕਹਿੰਦੇ, ਕਿ ਸੁਹਾਗਾ ਫਿਰ। ਤਾਂ ਕੀ ਹੋਇਆ, ਉਹ ਗਏ ਉਸਦੇ ਕੋਲ, ਉਹਨੂੰ ਕਹਿੰਦੇ ਮਹਾਰਾਜ ਦੱਸੋ, ਉਹ ਕਹਿੰਦੇ ਜੀ ਲਓ ਤੁਹਾਨੂੰ ਦੱਸਦਾ, ਮੈਨੂੰ ਤੁਸੀਂ ਐਂ ਨਾ, ਇੱਥੇ ਜਿਹੜੇ ਕਸਬਾ ਹੈਗਾ ਜਿੱਥੇ ਆਪਾਂ ਰਹਿੰਦੇ ਹਾਂ, ਜੇ ਇੱਥੇ ਇਕੱਠ ਨਹੀਂ ਕਰ ਸਕਦੇ, ਕਿਉਂਕਿ ਉਹਦਾ ਵਿਚਾਰਿਆਂ ਦੇ ਹਰ ਮੌਕੇ 24 ਘੰਟੇ ਨਿਗਾਹ ਰੱਖੀ ਜਾਂਦੀ ਸੀ, ਉਹ ਕਹਿੰਦਾ ਮੈਨੂੰ ਤੁਸੀਂ ਬਾਹਰ ਲੈ ਜਾਓ ਜੰਗਲ 'ਚ, ਫਿਰ ਮੈਂ ਤੁਹਾਡੇ ਨਾਲ ਗੱਲ ਕਰੂੰਗਾ, ਘੁਸਰ ਘੁਸਰ ਕਰਕੇ, ਜੇ ਉੱਚੀ ਵੀ ਬੋਲਿਆ ਤਾਂ ਸੁਣ ਲੈਣਾ ਰੋਮਨਸ ਨੇ। ਫਿਰ ਪਟਾਕਾ ਪਏ, ਉੱਥੇ ਵਿਚਾਰੇ ਨੂੰ ਲੈ ਕੇ ਉਹਨੂੰ ਕਫਨ 'ਚ ਪਾ ਕੇ, ਕਫਨ 'ਚ ਪਾ ਕੇ ਨਾ ਬਕਸੇ ਦੇ, ਜਿਵੇਂ ਮੁਰਦੇ ਨੂੰ ਲਿਜਾਉਂਦੇ ਆ, ਉਹਨੂੰ ਵਿਚਾਰੇ ਨੂੰ ਲੈ ਕੇ, ਅਤੇ ਉੱਥੇ ਜਾ ਕੇ ਉਹਨੇ ਕਿਹਾ, ਦੱਸਿਆ, ਕਹਿੰਦਾ 3 ਚੀਜ਼ਾਂ ਕਰਿਓ, ਐਵੇਂ ਸਿੰਘ ਨਾਲ ਮਸਾਇਓ ਦੁਸ਼ਮਣ ਦੇ ਨਾਲ, ਦੁਸ਼ਮਣ ਬਹੁਤ ਤਾਕਤਵਰ, 3 ਵਾਰੀ ਤੁਸੀਂ ਲੜਾਈ ਦੇ ਮੈਦਾਨ 'ਚ ਬੁਰੀ ਤਰ੍ਹਾਂ ਪਿੱਟ ਚੁੱਕੇ ਹੋ, 3 ਵਾਰੀ ਤੁਸੀਂ ਹਾਰ ਚੁੱਕੇ ਹੋ ਲੜਾਈ ਦੇ ਮੈਦਾਨ ਦੇ ਵਿੱਚ, ਤੁਸੀਂ ਹੁਣ 4ਥੀ ਲੜਾਈ ਨਾ ਕਿਉਂ, ਨਾਮੋ ਨਿਸ਼ਾਨ ਮਿਟ ਜਾਏਗਾ ਤੁਹਾਡਾ। ਉਹ ਕਹਿੰਦੇ ਮਾਰੇ ਕਰੀਏ ਕੀ, ਕਹਿੰਦੇ 3 ਚੀਜ਼ਾਂ ਕਰੋ, ਇੱਕ ਕਿ ਜਿਹੜੀ ਟੋਰਾ ਉਹਨਾਂ ਦੀ ਸਕ੍ਰਿਪਟ 'ਚ ਤੁਹਾਨੂੰ ਟੋਰਾ ਹੈ, ਤੁਸੀਂ ਉਹ ਹਰ ਬੱਚੇ ਨੂੰ ਪੜ੍ਹਾਓ ਆਪ ਕਰੋ, ਸਮਝੇ ਜੀ। ਦੂਸਰੀ ਤੁਸੀਂ ਜਿਹੜੀ ਹਿਬਰੂ ਲੈਂਗੁਏਜ ਆ ਉਹਨਾਂ ਦੀ, ਉਹ ਕਲਾਸੀਕਲ ਹੈ ਜੀ, ਹੁਣ ਤਾਂ ਉਹਨਾਂ ਨੇ ਸਪੋਕਨ ਲੈਂਗੁਏਜ ਬਣਾ ਦਿੱਤੀ,
ਉਸ ਜ਼ਬਾਨ ਹਰ ਬੱਚੇ ਨੂੰ ਪੜ੍ਹਾਉਣਾ। ਤੀਸਰੀ ਚੀਜ਼ ਖਾਸ ਤੌਰ 'ਤੇ ਬੜੀ ਇੰਪੋਰਟੈਂਟ, ਉਹ ਕਹਿਣ ਲੱਗਿਆ ਵੀ ਰਾਤ ਨੂੰ ਜਿਹੜਾ ਜੀਵ ਬੱਚਾ ਆਪਣੀ ਮਾਂ ਦੀ ਗੋਦੀ 'ਚ ਜਾ ਕੇ ਸੌਂਦਾ, ਉਹਦੇ ਕੰਨ ਦੇ ਵਿੱਚ ਇੱਕ ਗੱਲ ਕਹਿ ਦੇ, ਮਾਂ ਕਹਿ ਦੇ ਚੁੱਪ ਚਪੀਤੇ ਕਿ ਪੁੱਤ ਜਦੋਂ ਤੂੰ ਸੁਬਾਹ ਉੱਠੇਗਾ ਸੂਰਜ ਦੀ ਕਿਰਨ ਦੇ ਨਾਲ ਜੈਰੂਸਲਮ ਦੇ ਉੱਤੇ ਸਾਡਾ ਰਾਜ ਹੋਵੇਗਾ, ਜੈਰੂਸਲਮ ਦੇ ਵਿੱਚ ਸਾਡਾ ਰਾਜ ਹੋਏਗਾ। ਇਹ ਤਿੰਨ ਚੀਜ਼ਾਂ ਉਹ ਕਹਿੰਦਾ ਪਕੜ ਕੇ ਰੱਖੀਆਂ ਰੱਖਣਗੇ ਜੂਸ ਕਮਿਊਨਿਟੀ, ਔਰ ਜਿਹੜੇ ਅੰਪਾਇਰ ਆ ਉਹਨਾਂ ਦੀ ਜਿਹੜੀ ਜ਼ਿਆਦਾ ਤੋਂ ਜ਼ਿਆਦਾ ਵੱਡੀ ਜ਼ਿੰਦਗੀ ਹੁੰਦੀ ਹੈ 100 ਸਾਲ ਹੁੰਦਾ, 200-250-300 ਸਾਲ, ਜੇ ਇਹ ਤਿੰਨ ਚੀਜ਼ਾਂ ਦੀ ਪਕੜ ਜੂਸ 'ਤੇ ਰਹਿ ਗਈ, ਜੂਸ ਜ਼ਿੰਦਾ ਰਹਿ ਜਾਣਗੇ, ਸੋਵਰਟੀ ਮਿਲ ਜਾਏਗੀ। ਅੱਜ ਸਾਡੀ ਸਮੱਸਿਆ ਵੀ ਸਿੱਖ ਜ਼ਿੰਦਾ ਰਹਿ, ਸਿੱਖੀ ਜ਼ਿੰਦਾ ਰਹਿ ਜਾਏ, ਸਿੱਖ ਜ਼ਿੰਦਾ ਰਹਿ ਜਾਣ ਤਾਂ ਉਹ ਤਾਂ ਗੱਲਾਂ ਜਿਹੜੀਆਂ ਦੂਜੀਆਂ, ਜੇ ਸਿੱਖ ਹੀ ਨਾ ਰਿਹਾ ਖਾਲਸਾ ਜੀ ਤਾਂ ਕੰਮ ਖਰਾਬ। ਆਪਾਂ ਜ਼ੋਰ ਲਾਈਏ, ਯਤਨ ਲਾਈਏ, ਕੋਸ਼ਿਸ਼ ਕਰੀਏ ਵੀ ਗੁਰੂ ਮਹਾਰਾਜ ਅੱਗੇ ਅਰਦਾਸ ਵੀ ਕਰੀਏ ਕਿ ਇਹ ਸੱਚੇ ਪਾਤਸ਼ਾਹ ਸਾਡੀ ਸਿੱਖੀ ਰਹਿ। ਇਹ ਸਾਡਾ ਇੱਕ ਫਰਜ਼ ਹੈ, ਸਾਡਾ ਇੱਕ ਵਿਰਸਾ ਹੈ, ਸਾਡਾ ਇੱਕ ਵਿਲੱਖਣ ਸਿਧਾਂਤ ਹੈ। ਨਹੀਂ ਪਤਾ ਕੀ ਹੋਏਗਾ, ਗਿਆਨੀ ਦਿੱਤ ਸਿੰਘ ਬਹੁਤ ਵਿਚਾਰਿਆਂ ਨੇ ਬੜੀ ਕਲਪਨਾ ਉਹਨਾਂ ਦੀ ਸਿੱਖਾਂ ਨੂੰ, ਉਹਨਾਂ ਨੇ ਸਿੱਖੀ ਨੂੰ ਬਚਾਇਆ ਉਹਨਾਂ ਲੋਕਾਂ ਨੇ। ਉਹਨਾਂ ਨੇ ਇੱਕ ਆਰਟੀਕਲ ਲਿਖਿਆ ਸੀ 1886 ਦੇ ਵਿੱਚ, ਖਾਲਸਾ ਅਖਬਾਰ ਛਾਪਦੇ ਹੁੰਦੇ ਸੀ, ਤਾਂ ਉਸ ਅਖਬਾਰ 'ਚ ਉਹਨਾਂ ਨੇ ਆਰਟੀਕਲ ਲਿਖਿਆ ਵੀ ਐਸੇ ਹਾਲਾਤ ਹੋ ਗਏ ਆ ਖਾਲਸਾ ਜੀ ਕਿ ਉਹ ਸਮਾਂ ਦੂਰ ਨਹੀਂ ਜਦੋਂ ਸਿੱਖ ਆਪਣੇ ਮੋਢਿਆਂ 'ਤੇ ਬੱਚਿਆਂ ਨੂੰ ਬਿਠਾ ਕੇ ਅਜਾਇਬ ਘਰਾਂ ਵਿੱਚ ਜਾਇਆ ਕਰਨਗੇ ਅਤੇ ਉੱਥੇ ਸਿੱਖਾਂ ਦੀਆਂ ਫੋਟੋਆਂ ਦਿਖਾਇਆ ਕਰਨਗੇ ਵੀ 18ਵੀਂ ਸਦੀ ਦੇ ਵਿੱਚ ਇਸ ਕਿਸਮ ਦੇ ਸਿੱਖ ਹੁੰਦੇ ਸੀ, ਜਿਨ੍ਹਾਂ ਦੀ ਦਾੜ੍ਹੀ ਹੁੰਦੀ ਸੀ, ਜਿਨ੍ਹਾਂ ਦੀ ਪਗੜੀ ਹੁੰਦੀ ਸੀ, ਜਿਨ੍ਹਾਂ ਦੇ ਵਾਲ ਰੱਖੇ ਹੁੰਦੇ ਸੀ, ਕਿਉਂਕਿ ਸਿੱਖ ਮਿੱਟ ਜਾਣਗੇ। ਉਹਨਾਂ ਨੇ ਆਪਣੀ ਕਲਮ ਦੇ ਨਾਲ, ਆਪਣੀ ਵਿਦਵਤਾ ਦੇ ਨਾਲ, ਆਪਣੇ ਇੰਟਲੈਕਟ ਦੇ ਨਾਲ, ਆਪਣੀ ਘਾਲਣਾ ਦੇ ਨਾਲ ਸਿੱਖੀ ਨੂੰ ਬਚਾਇਆ। ਆਪਾਂ ਉਹਨਾਂ ਦਾ ਵੀ ਸਤਿਕਾਰ ਕਰੀਏ ਅਤੇ ਅੱਗੇ ਲੀਹਾਂ ਐਸੀਆਂ ਪਾਈਏ ਕਿ ਸਾਡੀ ਇਹ ਲਿਖਣ ਦੀ ਜਿਹੜੀ, ਜਿਵੇਂ ਮਾਨ ਸਾਹਿਬ ਨੇ ਕਿਹਾ, ਲਿਖਣ ਦੀ ਕਲਮ ਦੀ ਟ੍ਰੈਡੀਸ਼ਨ ਜਿਹੜੀ ਆ ਉਹ ਚੱਲਦੀ ਰਹੇ। ਸਾਡਾ ਧਰਮ ਵਾਹਿਗੁਰੂ ਕਰੇ ਸੱਚੇ ਪਾਤਸ਼ਾਹ ਤੁਹਾਡਾ ਧਰਮ ਜ਼ਿੰਦਾ ਰਹੇ, ਧਰਮ ਜ਼ਿੰਦਾ ਰਹੇਗਾ ਤਾਂ ਸਾਡੀ ਕੌਮ ਜ਼ਿੰਦਾ ਰਹੇਗੀ, ਤਾਂ ਮੌਕੇ ਬਹੁਤ ਆਉਣਗੇ, ਜਿਹੜਾ ਤੁਸੀਂ ਚਾਹੁੰਦੇ ਹੋ ਉਹ ਵੀ ਮਿਲੇ। ਧੰਨਵਾਦ, ਮਾਫ਼ ਕਰਨਾ ਜੀ।